ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ਬੂ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸ਼ੋਅ ਲੈ ਕੇ, ਜਿਸ ਦਾ ਨਾਮ ਹੈ ਜ਼ਰਾ ਹਟਕੇ। ਸ਼ੋਅ ਦੇ ਨਾਮ ਤੋਂ ਹੀ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਦੇ ਵਿੱਚ ਤੁਹਾਡੇ ਲਈ ਮੈਂ ਯਾਨੀ ਕਿ ਖੁਸ਼ਬੂ ਨਵੀਆਂ ਤੇ ਇੰਟਰਸਟਿੰਗ ਗੱਲਾਂ ਲੈ ਕੇ ਆਉਂਦੀ ਹਾਂ। ਤੇ ਅੱਜ ਦਾ ਟੌਪਿਕ ਵੀ ਬਿਲਕੁਲ ਅਜਿਹਾ ਹੈ ਯਾਨੀ ਕਿ ਬਿਲਕੁਲ ਹਟਕੇ ਹੈ। ਤੇ ਅੱਜ ਦੇ ਟੌਪਿਕ ਦੇ ਵਿੱਚ ਅਜਿਹਾ ਕੀ ਹੈ ਜੋ ਇਸਨੂੰ ਹਟਕੇ ਬਣਾਉਂਦਾ ਹੈ, ਇਸਨੂੰ ਜਾਣਨ ਦੇ ਲਈ ਵੱਧਦੇ ਹੈ ਇਸ ਟੌਪਿਕ ਦੇ ਵੱਲ। ਤੁਸੀਂ ਕਦੇ ਅਜਿਹਾ ਸੁਣਿਆ ਜਾਂ ਦੇਖਿਆ ਕਿ ਕਿਸੇ ਕੋਲ ਇੰਨਾ ਜ਼ਿਆਦਾ ਪੈਸਾ ਹੋ ਸਕਦਾ ਹੈ ਕਿ ਉਸਦੇ ਕੋਲ ਖਰਚ ਹੀ ਨਾ ਕੀਤਾ ਜਾ ਸਕੇ, ਜਾਂ ਤੇ ਕੋਈ ਇੰਨਾ ਵੱਡਾ ਦਾਨੀ ਇਨਸਾਨ ਹੋ ਸਕਦਾ ਹੈ ਕਿ ਉਹ 12 ਵਾਰੀ 1 ਤੋਂ 2 ਲੱਖ ਏਦਾਂ ਹੀ ਸੜਕ ਤੇ ਸੁੱਟ ਜਾਵੇ? ਕੀ ਹੋਇਆ, ਤੁਸੀਂ ਵੀ ਹੈਰਾਨ ਹੋ ਗਏ ਨਾ? ਬਿਲਕੁਲ, ਜਦੋਂ ਮੈਨੂੰ ਵੀ ਇਹ ਗੱਲ ਪਤਾ ਲੱਗੀ ਤੇ ਮੈਨੂੰ ਵੀ ਬਹੁਤ ਹੈਰਾਨੀ ਹੋਈ ਸੀ, ਕਿਉਂਕਿ ਅੱਜ ਦੇ ਇੰਨੇ ਮਹਿੰਗਾਈ ਦੇ ਦੌਰ ਦੇ ਵਿੱਚ ਅੱਜ ਕੱਲ ਕੋਈ ਕਿਸੇ ਨੂੰ ਫ੍ਰੀ ਚੀਜ਼ ਤੱਕ ਨਾ ਦੇਵੇ, ਤੇ ਪੈਸੇ ਤਾਂ ਬੜੀ ਦੂਰ ਦੀ ਗੱਲ ਰਹੀ, ਪਰ ਅੱਜ ਵੀ ਇੱਕ ਅਜਿਹਾ ਇਨਸਾਨ ਹੈ ਜੋ 12 ਵਾਰੀ ਲੱਖਾਂ ਰੁਪਏ ਸੜਕਾਂ ਤੇ ਛੱਡ ਗਿਆ ਹੋਵੇ। ਤੇ ਆਖਿਰ ਇਹ ਪੂਰਾ ਮਾਮਲਾ ਹੈ ਕਿ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਇਹ ਘਟਨਾ ਇੰਗਲੈਂਡ ਦੇ ਇੱਕ ਛੋਟੇ ਜਿਹੇ ਪਿੰਡ ਬਲੈਕ ਹੋਲ ਕੋਲੀਅਰੀ ਦੇ ਵਿੱਚ ਵਾਪਰੀ ਹੈ। ਮੈਟਰੋ ਯੂਕੇ ਦੀ ਰਿਪੋਰਟ ਦੇ ਮੁਤਾਬਕ ਇੱਥੇ ਬੀਤੇ 5 ਸਾਲਾਂ ਦੇ ਵਿੱਚ 12 ਵਾਰ 2000 ਪਾਉਂਡ ਦੇ ਲਵਾਰਸ ਨੋਟ ਮਿਲ ਚੁੱਕੇ ਨੇ। ਕੋਈ ਆਦਮੀ ਬਕਾਇਦਾ ਇਹਨਾਂ ਨੋਟਾਂ ਦਾ ਬੰਡਲ ਬਣਾ ਕੇ ਇਹਨਾਂ ਨੂੰ ਪਿੰਡ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਛੱਡ ਜਾਂਦਾ ਹੈ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਹਰ ਬਾਰ 2000 ਪਾਉਂਡ ਦੇ ਨੋਟਾਂ ਦਾ ਇਹ ਬੰਡਲ 20 ਪਾਉਂਡ ਦੇ ਨੋਟਾਂ ਦੇ ਨਾਲ ਬਣਿਆ ਹੁੰਦਾ ਹੈ। ਉੱਥੇ ਪੁਲਿਸ ਲਗਾਤਾਰ ਇਸ ਗੁੰਮਨਾਮ ਸ਼ਖਸ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟੀ ਹੋਈ ਹੈ, ਪਰ ਕੋਈ ਵੀ ਸੁਰਾਗ ਹੱਲੇ ਤੱਕ ਹੱਥ ਨਹੀਂ ਆਇਆ। ਕਿਸੇ ਵੀ ਪਿੰਡ ਦੇ ਆਦਮੀ ਨੇ ਇਸ ਸ਼ਖਸ ਨੂੰ ਇਹਨਾਂ ਪੈਸਿਆਂ ਨੂੰ ਰੱਖਦੇ ਹੋਏ ਅੱਜ ਤੱਕ ਨਹੀਂ ਦੇਖਿਆ। ਉੱਥੇ ਪਿੰਡ ਦੇ ਵਿੱਚ ਇਹਨਾਂ ਪੈਸਿਆਂ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸ਼ੁਰੂਆਤ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਲੱਗਾ ਕਿ ਕੋਈ ਆਪਣੇ ਪੈਸੇ ਰੱਖ ਕੇ ਭੁੱਲ ਗਿਆ ਹੈ, ਤੇ ਜਾਂ ਤਾਂ ਫਿਰ ਕਿਸੇ ਦੇ ਪੈਸੇ ਡਿੱਗ ਗਏ ਹੋਣਗੇ। ਪਰ ਲਗਾਤਾਰ 12 ਵਾਰ ਅਜਿਹੀ ਘਟਨਾ ਦਾ ਹੋਣਾ ਇਹੀ ਸਾਬਤ ਕਰਦਾ ਹੈ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਡਿਟੈਕਟਿਵ ਕਾਂਸਟੇਬਲ ਜੌਨ ਫਰੋਸਟਰ ਅਤੇ ਉਸਦੀ ਟੀਮ ਨੇ ਛਾਣਬੀਨ ਦੇ ਦੌਰਾਨ ਸੈਂਕੜਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ, ਲੋਕਾਂ ਦੇ ਫਿੰਗਰਪ੍ਰਿੰਟਸ ਤੱਕ ਲਏ ਗਏ ਸੀ, ਪਰ ਇਹ ਮਾਮਲਾ ਅੱਜ ਤੱਕ ਰਹੱਸ ਬਣਿਆ ਹੋਇਆ ਹੈ। ਜਾਂਚ ਕਾਂਸਟੇਬਲ ਜੌਨ ਦੱਸਦੇ ਨੇ ਕਿ ਇਹ ਪੈਸੇ ਹਰ ਵਾਰ ਅਜਿਹੀ ਜਗ੍ਹਾ ਤੇ ਰੱਖੇ ਜਾਂਦੇ ਨੇ ਜਿੱਥੇ ਆਸਾਨੀ ਦੇ ਨਾਲ ਕੋਈ ਵੀ ਇਸ ਨੂੰ ਲੱਭ ਸਕੇ, ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਹੋ ਸਕਦਾ ਹੈ ਕਿ ਅਜਿਹਾ ਕੋਈ ਦਾਨ ਦੀ ਭਾਵਨਾ ਦੇ ਨਾਲ ਕਰ ਰਿਹਾ ਹੋਵੇ, ਪਰ ਉਹ ਚਾਹੁੰਦੇ ਨੇ ਕਿ ਜੋ ਵੀ ਅਜਿਹਾ ਕਰ ਰਿਹਾ ਉਸ ਨੂੰ ਉਹ ਮਿਲ ਸਕਣ। ਸੋ ਇਹ ਤਾਂ ਸੀ ਬਹੁਤ ਹੈਰਾਨੀ ਵਾਲੀ ਤੇ ਹਟਕੇ ਗੱਲ, ਕਿਉਂਕਿ ਅਜਿਹੇ ਤਰੀਕੇ ਦੇ ਨਾਲ ਲੱਖਾਂ ਰੁਪਏ ਸੜਕ ਤੇ ਛੱਡਣ ਦੇ ਲਈ ਸੱਚੀ ਬਹੁਤ ਵੱਡਾ ਜਿਗਰਾ ਚਾਹੀਦਾ ਹੋਵੇਗਾ। ਤੇ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ, ਤੇ ਕੀ ਕਹਿਣਾ ਤੁਹਾਡਾ ਇਸ ਗੁੰਮਨਾਮ ਸ਼ਖਸ ਦੇ ਬਾਰੇ, ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤੇ ਸਾਡੇ ਫੇਸਬੁੱਕ ਪੇਜ ਯੂਨਾਈਟਿਡ ਐਨਰਾਈ ਪੋਸਟ ਨੂੰ ਫੋਲੋ ਜ਼ਰੂਰ ਕਰੋ। ਤੇ ਜੇਕਰ ਯੂਟਿਊਬ 'ਤੇ ਦੇਖ ਰਹੇ ਹੋ ਤੇ ਸਾਡੇ ਯੂਟਿਊਬ ਚੈਨਲ ਦਾ ਟੀਵੀ ਐਨਰਾਈ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਜੋ ਸਾਡੀ ਹਰ ਇੱਕ ਵੀਡੀਓ ਹਰ ਇੱਕ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ।